ਸਰਬਜੋਤ ਕੌਰ ਨਿਊਜ਼ 18 ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਨ ਇੱਕ ਵੱਡੀ ਖਬਰ ਬਠਿੰਡਾ ਚ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੂੰ ਧਮਕੀ ਭਰੀ ਕਾਲ ਆਈ ਹੈ ਦੱਸਦੇ ਕਿ ਫੋਨ ਕਰਕੇ ਜਾਨੋ ਮਾਰਨ ਦੀ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਸੁਧੀਰ ਸੂਰੀ ਦੇ ਕਤਲ ਦਾ ਵੀ ਇਸ ਧਮਕੀ ਜ਼ਿਕਰ ਕੀਤਾ ਗਿਆ ਹੈ ਦੱਸਦੇ ਕਿ ਧਮਕੀ ਦੇਣ ਵਾਲੇ ਨੇ ਫੋਨ ਕਰਕੇ ਕਿਹਾ ਹੈ ਕਿ 22 ਜਨਵਰੀ ਨੂੰ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਆਪਣੇ ਘਰਦਿਆਂ ਨੂੰ ਮਿਲ ਕੇ ਜਾਏ ਤਾਂ ਧਮਕੀ ਭਰੀ ਕਾਲ ਆਈ ਹੈ ਬਠਿੰਡਾ ਚ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੂੰ ਧਮਕੀ ਮਿਲੀ ਹੈ ਸਾਬਕਾ ਵਿਧਾਇਕ ਰਹਿ ਚੁੱਕੇ ਨੇ ਦੱਸਦੇ ਕਿ ਅਕਾਲੀ ਦਲ ਨੂੰ ਛੱਡ ਕੇ 2022 ਚ ਬੀਜੇਪੀ ਜੁਆਇਨ ਕੀਤੀ ਸੀਗੀ ਤੇ ਫੋਨ ਕਰਕੇ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਤੇ ਧਮਕੀ ਦੇਣ ਵਾਲੇ ਨੇ ਫੋਨ ਕਰਕੇ ਕਿਹਾ ਕਿ 22 ਜਨਵਰੀ ਨੂੰ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਆਪਣੇ ਘਰਦਿਆਂ ਨੂੰ ਮਿਲ ਕੇ ਜਾਏ ਤੇ ਜ਼ਿਕਰ ਕੀਤਾ ਗਿਆ ਹੈ ਸੁਧੀਰ ਸੂਰੀ ਕਤਲਕਾਂਡ ਦਾ ਜ਼ਿਕਰਯੋਗ ਹੈ ਕਿ 4 ਨਵੰਬਰ ਨੂੰ ਪਿਛਲੇ ਸਾਲ ਹੀ ਅੰਮ੍ਰਿਤਸਰ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਜਦੋਂ ਉਹ ਧਰਨਾ ਦੇ ਰਹੇ ਸਨ ਤੇ ਉਸਦਾ ਵੀ ਜ਼ਿਕਰ ਕੀਤਾ ਗਿਆ ਹੈ ਹੋਰ ਜਾਣਕਾਰੀ ਨੂੰ ਮੇਰੇ ਸਹਿਯੋਗੀ ਸੂਰਜ ਪਾਨ ਮੌਜੂਦ ਨੇ ਸੂਰਜ ਜਾਣਨਾ ਚਾਹਾਂਗੇ ਆਹ ਧਮਕੀ ਭਰੀ ਕਾਲ ਕਦੋਂ ਆਈ ਤੇ ਕੀ ਕੁਝ ਕਿਹਾ ਗਿਆ ਦੇਖੋ ਇਸ ਧਮਕੀ ਭਰੀ ਕਾਲ ਦੀ ਗੱਲ ਕੀਤੀ ਜਾਵੇ ਤੇ ਕੱਲ ਸਰੂਪ ਚੰਦ ਸਿੰਗਲਾ ਨੂੰ ਧਮਕੀ ਭਰੀ ਕਾਲ ਆਈ ਹੈ ਸਰੂਪ ਸਿੰਗਲਾ ਦੇ ਮੁਤਾਬਕ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਕਾਲ ਆਈ ਹੈ ਜਿਸ ਦੀ ਇੰਟੀਮੇਸ਼ਨ ਹੈ ਉਹ ਸੰਬੰਧਿਤ ਪੁਲਿਸ ਨੂੰ ਦਿੱਤੀ ਹੈ ਪਰ ਪੁਲਿਸ ਦੇ ਵੱਡੇ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਇਸ ਮਾਮਲੇ ਦੀ ਸੰਜੀਦਗੀ ਨੂੰ ਵੇਖਦੇ ਹੋਏ ਇਸ ਪੂਰੇ ਮਾਮਲੇ ਨੂੰ ਟਰੈਕ ਕਰ ਰਹੇ ਹਾਂ ਹਾਲਾਂਕਿ ਸ਼ੁਰੂਆਤੀ ਤੌਰ ਦੇ ਵਿੱਚ ਸਰੂਪ ਚੰਦ ਸਿੰਗਲਾ ਦੀ ਸੁਰੱਖਿਆ ਵਧਾ ਦਿੱਤੀ ਹੈ ਦੋ ਗਨਮੈਨ ਉਹਨਾਂ ਨੂੰ ਦੇ ਦਿੱਤੇ ਨੇ ਪੈਟਰੋਲਿੰਗ ਪੁਲਿਸ ਉਸ ਇਲਾਕੇ 'ਚ ਕਰ ਰਹੀ ਹੈ ਪਰ ਪੁਲਿਸ ਦੀ ਕਾਰਵਾਈ ਤੇ ਸਵਾਲ ਇਸ ਕਰੇ ਖੜੇ ਹੋ ਰਹੇ ਨੇ ਕਿ ਦੂਸਰੀ ਵਾਰ ਧਮਕੀ ਆਉਣ ਦੇ ਬਾਵਜੂਦ ਵੀ ਹਜੇ ਤੱਕ ਪੁਲਿਸ ਦੇ ਹੱਥ ਖਾਲੀ ਨੇ ਤੇ ਸਰੂਪ ਚੰਦ ਸਿੰਗਲਾ ਅੱਜ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਦੇ ਉੱਪਰ ਐਲੀਗੇਸ਼ਨ ਲਾ ਸਕਦੇ ਨੇ ਕਿ ਉਹਨਾਂ ਦੀ ਸਿਕਿਉਰਿਟੀ 'ਚ ਬਹੁਤ ਵੱਡਾ ਲੈਪਸ ਹੈ ਔਰ ਹੁਣ ਤੱਕ ਸਿਕਿਉਰਿਟੀ ਹੈ ਜਿਸ ਤਰੀਕੇ ਨਾਲ ਵਧਾਉਣੀ ਚਾਹੀਦੀ ਸੀ ਉਸ ਤਰੀਕੇ ਨਾਲ ਨਹੀਂ ਵਾਲਾ ਦੂਸਰੀ ਵਾਰ ਜੁੱਤ ਕਰ ਚੁੱਕਿਆ ਧਮਕੀ ਦੇਣ ਦੀ ਪਰ ਹਜੇ ਤੱਕ ਪੁਲਿਸ ਦੇ ਹੱਥ ਖਾਲੀ ਨੇ जी बहुत बहुत शुक्रिया सूरज सानू तमाम जानकारी देने जिदा मेरे सहयोगी दस रहे थे इन्हां नू धमकी भरी कॉल दूजी बार आई है दो बार धमकी मिल चुकी है ते दस दे कि बठिंडा च भाजपा आगू सरूप चंद सिंगला नू धमकी भरी कॉल एक बार फिर तो आई है हालांकि पुलिस ने FIR दर्ज कर ली है सुधीर सूरी दे कतल दा भी जिक्र किया गया है साडे नाल न्यूज़ 18 दे मंच ते बीजेपी आगू सरूप चंद सिंगला जुड़े ने सरूप जी तुहाडा बहुत बहुत स्वागत है न्यूज़ 18 दे मंच ते कल सुबह फिर धमकी आई क्योंकि उस नंबर तो जो पहला नंबर आया उस नंबर तो आई मैं वीडियो भी कर ली जी वीडियो करके जरा है उन्होंने मैं यह कह गया कि तू बीजेपी काम क्यों कर रहा तू हिंदुआ की पार्टी जाके मतलब बहुत गलत जी अभद्र भाषा का वरत्या अगे मतलब जो है धमकी दी कहा कि 22 तरीक नू पता तू अमृतसर जाना है तो उत्थे आपके घर बच्चे अगलों मिल के जाए इस तरह का किया गया तो सरूप जी आप जानना चाहोगे तू किस पे शक है किस दे वालों फोन किया गया नहीं मैंने किसी से कोई शक नहीं है तो जांच का विषय है ये पुलिस का काम है क्योंकि पुलिस ने मैं पहले ही ऑलरेडी पहला दस चुके हैं अजे तक की कार्रवाई की अजे तक मैंने पुलिस ने कोई इन्फॉर्म नहीं किया है जी जी बहुत बहुत शुक्रिया सिंगला जी साडे नाल न्यूज़ 18 ते जुड़न लई ते दस दिए कि बठिंडा च भाजपा आगू सरूप चंद सिंगला नू धमकी भरी कॉल आई है धमकी भरी कॉल दूजी बार आई है ते FIR दर्ज कर ली गई है पुलिस जांच पड़ताल कर रही है कि धमकी किने दिती किसने कॉल की फोन करके जानो मारन की धमकी दी गई है हालांकि आ दूजी बार धमकी दी गई है सुधीर सूरी के कतल का भी इस धमकी भरी कॉल च जिक्र किया गया है दस दिए कि धमकी देने वाले ने फोन करके कहा है कि 22 जनवरी नू अमृतसर जाने तो पहला अपने घरद्या मिल के जाए सुधीर सूरी कतल का भी जिक्र किया गया है पिछले साल 4 नवंबर में सुधीर सूरी का कतल कर दिया गया सीगा जो धरना प्रदर्शन दे रहे